ਮੁਕੱਦਮਾ ਨੰਬਰ 54 ਨੰਬਰ ਡਿਵੀਜ਼ਨ ਨੰਬਰ 7 ਲੁਧਿਆਣਾ ਨੇ 20/1/24 ਨੂੰ ਭਾਨਾ ਸਿੱਧੂ ਦੇ ਖਿਲਾਫ਼ ਝੂਠਾ ਦਰਜ ਕੀਤਾ ਸੀ, ਜਿਹੜਾ ਕਿ ਇੰਦਰਜੀਤ ਕੌਰ ਵੱਲੋਂ ਦਰਜ ਕਰਵਾਇਆ ਗਿਆ ਸੀ। ਜੱਜ ਸਾਹਿਬ ਨੇ ਬਹਿਸ ਸੁਣਨ ਤੋਂ ਪਹਿਲਾਂ ਜੁਡੀਸ਼ਲ ਭੇਜ ਦਿੱਤਾ, ਅੱਜ ਉਹਦੀ ਜ਼ਮਾਨਤ ਕਰ ਦਿੱਤੀ ਗਈ ਹੈ, ਜਿਹੜੀ ਕਿ 50,000 ਬਨ ਛੋਟੀ ਆ। ਇੱਕ ਛੋਟੀ ਦਿੱਤੀ ਆ ਉਹਦੇ 'ਚ, ਪਰ ਇਹ ਗੱਲ ਜ਼ਿਕਰਯੋਗ ਆ ਕਿ ਇਹਦੇ ਵਿੱਚ ਇੰਦਰਜੀਤ ਕੌਰ ਜਿਹੜੀ ਮਦਈ ਆ ਉਹਦੇ ਖਿਲਾਫ਼ ਪਹਿਲਾਂ ਵੀ ਮੁਕੱਦਮਾ ਨੰਬਰ 140 ਮਿਤੀ 24/6/20 ਧਾਰਾ 420 13 ਇਮੀਗ੍ਰੇਸ਼ਨ ਐਕਟ ਥਾਣਾ ਡਿਵੀਜ਼ਨ ਨੰਬਰ 8 ਵਿੱਚ ਦਰਜ ਆ। ਜਿਹੜੀ ਇੰਦਰਜੀਤ ਕੌਰ ਆ ਇਹਦੇ ਕੋਲੇ ਕੋਈ ਲਾਇਸੈਂਸ ਨਹੀਂ, ਇਹਨੇ ਦਫ਼ਤਰ ਖੋਲਿਆ ਸੀ ਲੁਧਿਆਣਾ ਬਾਹਰ ਭੇਜਣ ਦੇ ਸੰਬੰਧ ਵਿੱਚ, ਪਰੰਤੂ ਲੋਕਾਂ ਤੋਂ ਕਾਫ਼ੀ ਪੈਸੇ ਲੈ ਕੇ ਉਹ ਦਫ਼ਤਰ ਬੰਦ ਕਰ ਚੁੱਕੀ ਆ। ਇੱਕ ਮੁਕੱਦਮਾ ਉਹਦੇ ਖਿਲਾਫ਼ 220 ਨੰਬਰ 30/11/19 ਨੂੰ ਦਰਜ ਹੋਇਆ, ਜਿਹੜਾ ਕਿ ਥਾਣਾ ਦਾਖਾ ਵਿੱਚ ਸੰਤੋਖ ਸਿੰਘ ਨੇ ਦਰਜ ਕਰਾਇਆ, ਉਹ ਵੀ ਧਾਰਾ 420 ਅਤੇ 13 ਇਮੀਗ੍ਰੇਸ਼ਨ ਐਕਟ ਹੈ। ਪਹਿਲੇ ਮੁਕੱਦਮੇ ਵਿੱਚ ਵੀ ਨੀਅਰ ਅਬਾਊਟ 17 ਲੱਖ ਰੁਪਈਆ ਗਿਆ ਹੋਇਆ ਸੀ, ਸੈਕਿੰਡ ਮੁਕੱਦਮੇ ਦੇ ਵਿੱਚ 22 ਲੱਖ ਰੁਪਈਆ ਗਿਆ ਹੋਇਆ। ਇਸ ਤੋਂ ਬਿਨਾਂ ਹੋਰ ਵੀ ਮੁਕੱਦਮੇ ਦਰਜ ਆ ਵੱਖ ਵੱਖ ਸ਼ਹਿਰਾਂ ਤੋਂ ਵਿਅਕਤੀ ਜਿਹੜੇ ਅਤੇ ਇਹਨਾਂ ਨੇ ਠੱਗੀ ਮਾਰੀ ਆ ਉਹਨਾਂ ਦੇ ਨਾਲ। ਭਾਨਾ ਸਿੱਧੂ ਨੇ ਇਹਨੂੰ ਕਦੇ ਕੋਈ ਥ੍ਰੈਟ ਨਹੀਂ ਕੀਤਾ ਹੈਗਾ। ਭਾਨਾ ਸਿੱਧੂ ਸਿਰਫ ਲੋਕਾਂ ਦੀ ਹੈਲਪ ਕਰਦਾ ਸੀ ਕਿ ਜਿਹੜੇ ਲੋਕਾਂ ਏਜੰਟਾਂ ਨੇ ਫਰਾਡ ਕੀਤਾ ਹੋਇਆ ਉਹਨਾਂ ਤੋਂ ਪਬਲਿਕ ਦੇ ਪੈਸੇ ਦਵਾਉਂਦਾ। ਉਹਨੇ ਇਸ ਲੇਡੀ ਨੂੰ ਕਦੇ ਕੋਈ ਥ੍ਰੈਟ ਨਹੀਂ ਕੀਤਾ ਹੈਗਾ, ਨਾ ਇਹਦੇ ਖਿਲਾਫ਼ ਮੁਕੱਦਮਾ 384 ਦਾ ਮੇਡ ਆਊਟ ਹੁੰਦਾ। ਕੋਈ ਵੀ ਮੁਕੱਦਮਾ ਜਦੋਂ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਅਨੁਸਾਰ 7 ਸਾਲ ਤੋਂ ਸਜ਼ਾ ਘੱਟ ਵਾਲਾ ਦਰਜ ਹੁੰਦਾ ਤਾਂ ਉਸ ਵਿੱਚ ਥਾਣੇਦਾਰ ਪਹਿਲਾਂ ਉਹਨੂੰ ਨੋਟਿਸ ਦਿੰਦਾ ਸੈਕਸ਼ਨ 41A ਦਾ, ਉਸ ਤੋਂ ਬਾਅਦ ਉਹਨੂੰ 3 ਨੋਟਿਸ ਦੇਣ ਤੋਂ ਬਾਅਦ ਫਿਰ ਅਰੈਸਟ ਕਰਦਾ। ਪਰ ਇਸ ਮੁਕੱਦਮੇ ਵਿੱਚ ਮੁਕੱਦਮਾ 20/1/24 ਨੂੰ ਦਰਜ ਹੋਇਆ, ਸੇਮ ਡੇ ਉਹਨੂੰ ਘਰੋਂ ਲਿਆ ਕੇ ਅਰੈਸਟ ਪਾ ਦਿੱਤੀ, ਜਦੋਂ ਕਿ ਉਹਦੀ ਕੋਈ ਇਨਕੁਆਇਰੀ ਨਹੀਂ ਕੀਤੀ, ਕੋਈ ਸੁਣਵਾਈ ਨਹੀਂ ਹੋਈ, ਕੋਈ ਸਬੂਤ ਤੱਥ ਕੁਲੈਕਟ ਨਹੀਂ ਕੀਤੇ। ਇਹ ਸਿਰਫ ਪੋਲੀਟੀਕਲ ਰੀਜ਼ਨਾਂ ਕਰਕੇ ਇਹਦੇ ਖਿਲਾਫ਼ ਝੂਠਾ ਮੁਕੱਦਮਾ ਦਰਜ ਕੀਤਾ ਗਿਆ। ਸਾਡੀ ਹੁਣ ਇਹੀ ਬਹਿਸ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਉਹਨਾਂ ਨੂੰ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ। ਭਾਨਾ ਸਿੱਧੂ ਬੇਲ ਬੌਂਡ ਸਬਮਿਟ ਕਰਨ ਲੱਗੇ ਹੋਏ ਆ, ਮੇ ਬੀ ਕੱਲ੍ਹ ਤੱਕ ਬਾਹਰ ਆ ਜਾਊਗਾ। ਇਹ ਤਾਂ ਹੁਣ ਭਾਨਾ ਸਿੱਧੂ ਨੇ ਫਰਦਰ ਕੀ ਐਕਟੀਵਿਟੀ ਕਰਨੀ ਆ ਉਹ ਦੱਸ ਸਕਣਗੇ।